ਮੇਰੇ ਨਾਲ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਨੇ ਜਸਵਿੰਦਰ ਸਿੰਘ ਮਿੰਟਾ ਅਤੇ ਉਹਦੇ ਸਮਰਥਕ ਮੌਜੂਦ ਨੇ। ਸਵੇਰ ਤੋਂ ਹੀ ਇਹਨਾਂ ਦਾ ਜਿਹੜਾ ਗਰੁੱਪ ਹੈਗਾ ਸੀਨੀਅਰ ਅਕਾਲੀ ਆਗੂ ਨੇ ਟਕਸਾਲੀ ਆਗੂ ਨੇ ਉਹ ਜਗ੍ਹਾ ਜਗ੍ਹਾ ਜਾ ਕੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਰਹੇ ਨੇ। ਤੁਸੀਂ ਦੇਖੋ ਕਿ ਸਵੇਰ ਤੋਂ ਲੱਡੂ ਵੰਡਣ ਦੇ ਅਤੇ ਹੁਣ ਵੀ ਲੱਡੂਆਂ ਦਾ ਜਿਹੜਾ ਡੱਬਾ ਇੱਥੇ ਲੈ ਕੇ ਆਏ ਨੇ ਅਤੇ ਇੱਕ ਦੂਜੇ ਦਾ ਇਹਨਾਂ ਨੇ ਮੂੰਹ ਮਿੱਠਾ ਕਰਵਾਇਆ। ਮੇਰੇ ਨਾਲ ਮਿੰਟਾ ਜੀ ਵੀ ਮੌਜੂਦ ਨੇ, ਮੂੰਹ ਮਿੱਠਾ ਕਰਵਾ ਰਹੇ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਮਿੰਟਾ ਜੀ ਇੱਥੇ ਆ ਜਾਓ। ਸਰ, ਪਾਰਟੀ ਦੇ ਵਿੱਚ ਆਪਾਂ ਕਹਿ ਸਕਦੇ ਕਿ ਮਤਭੇਦ ਚੱਲ ਰਹੇ ਨੇ, ਇੱਕ ਦੂਜੇ 'ਤੇ ਦੂਸ਼ਣਬਾਜ਼ੀ ਹੋ ਰਹੀ ਹੈ, ਜਿਹੜੇ ਬਾਗੀ ਆਗੂ ਕਹਿ ਰਹੇ ਹਾਂ ਜਿਨ੍ਹਾਂ ਨੂੰ, ਤੁਸੀਂ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਹੋ, ਕਾਰਨ ਕੀ ਹੈ? ਅਸੀਂ ਮੂੰਹ ਮਿੱਠਾ ਇਸ ਕਰਕੇ ਕਰਾ ਰਹੇ ਕਿ ਜਿਹੜੇ ਪਾਰਟੀ ਦੇ ਇੰਨਾ ਚਿਰ ਤੋਂ ਏਰੀਆ ਕਮਾਂਡਰ ਕਮਾਂਡਰ ਇਨ ਚੀਫ ਬਣੇ ਹੋਏ ਸੀ, ਜਿਨ੍ਹਾਂ ਨੇ ਪੂਰੀ ਤਕਰੀਬਨ ਪਿਛਲੇ 40 ਸਾਲ ਤੋਂ ਪਾਰਟੀ ਦੇ ਇੱਥੇ ਕਬਜ਼ਾ ਕੀਤਾ ਹੋਇਆ ਸੀਗਾ, ਜਿਨ੍ਹਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਆਪਣੇ ਭਰੋਸੇ 'ਚ ਲਿਆ ਹੋਇਆ ਸੀਗਾ, ਲੈ ਕੇ ਉਹ ਵਰਕਰਾਂ ਦੀ ਸੁਣਵਾਈ ਉੱਪਰ ਤੱਕ ਨਹੀਂ ਜਾਣ ਦਿੰਦੇ ਸੀ। ਅੱਜ ਉਹ ਗੱਢ ਟੁੱਟਿਆ। ਸਰ, ਤੁਸੀਂ ਕਿਹਨੂੰ ਕਹਿ ਰਹੇ ਹੋ? ਕਿਸੇ ਇੱਕ ਦਾ ਖਾਸ ਆਗੂਆਂ ਦਾ ਨਾਮ ਲੈ ਸਕਦੇ ਹੋ? ਉਹਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਜਰਾ, ਸੁਰਜੀਤ ਸਿੰਘ ਜੀ ਰੱਖੜਾ, ਇਹ ਦੋਨੋਂ ਬੰਦੇ ਨਾ ਆਪਸ ਦੇ ਵਿੱਚ ਮਿਲੀ ਭੁਗਤ ਕਰਕੇ ਵਰਕਰਾਂ ਦਾ ਘਾਣ ਕਰਦੇ ਸੀ। ਅੱਜ ਬਿੱਲੀ ਥੈਲਿਓ ਬਾਹਰ ਆ ਗਈ। 40 ਸਾਲ ਤਾਂ ਇੱਕ ਇਹਨਾਂ ਨੇ ਇੱਕ ਦੂਜੇ ਨਾਲ ਹੱਥ ਨਹੀਂ ਮਿਲਾਇਆ, 40 ਸਾਲ ਤਾਂ ਇਹਨਾਂ ਨੇ ਇੱਕ ਦੂਜੇ ਦੇ ਪ੍ਰਤੀ ਕੋਈ ਫੰਕਸ਼ਨ ਅਟੈਂਡ ਨਹੀਂ ਕੀਤੇ, 40 ਸਾਲ ਇਹਨਾਂ ਨੇ ਵਰਕਰਾਂ ਨੂੰ ਆਪਸ 'ਚ ਲੜਾਇਆ। ਇਹਨਾਂ ਦੀ ਜਿਹੜੀ ਮਾਨਸਿਕਤਾ ਸੀ ਉਹ ਇੱਥੇ ਤੱਕ ਸਹਿਮਤ ਸੀਗੀ ਵੀ ਜਿਹੜਾ ਸੁਖਬੀਰ ਪਾਰਟੀ, ਜਿਵੇਂ ਇੱਕ ਸਰਪੰਚ ਦੀ ਹੁੰਦੀ ਹੈ ਮਾਨਸਿਕਤਾ ਸੋਚ, ਅਤੇ ਉਹ ਕਿਉਂ ਸੀ? ਕਿਉਂਕਿ ਉਹ ਸਰਪੰਚ ਇੱਕ ਵਾਰ ਸਰਪੰਚ ਬਣ ਜਾਂਦਾ ਅਤੇ ਉਹ 5 ਸਾਲ ਲੜਾਈ ਜਾਂਦਾ ਆਪਸ 'ਚ। ਇਹਨਾਂ ਨੇ ਚੰਦੂਮਾਰ ਰੱਖੜਾ ਸਾਹਿਬ ਨੇ ਆਪਣਾ ਉੱਲੂ ਸਿੱਧਾ ਕੀਤਾ, ਆਪਣੇ ਵਰਕਰ ਆਪਣੇ ਚਹੇਤਿਆਂ ਨੂੰ ਅੱਗੇ ਲਿਆਈ ਗਏ ਅਤੇ ਪਾਰਟੀ ਵਰਕਰਾਂ ਨੂੰ ਦਰਸਾਈ ਗਏ ਵੀ ਮੇਰੀ ਤੁਹਾਡੇ ਲਈ ਰੱਖੜਾ ਸਾਹਿਬ ਨਹੀਂ ਮੰਨਦੇ, ਰੱਖੜਾ ਸਾਹਿਬ ਕਹਿੰਦੇ ਲਈ ਚੰਦੂਮਾਜਰਾ ਸਾਹਿਬ ਨਹੀਂ ਮੰਨਦੇ। ਆਪਸ 'ਚ ਲੜਾ ਲੜਾ ਕੇ ਇਹਨਾਂ ਨੇ 40 ਸਾਲ ਰਾਜ ਕੀਤਾ, ਪਾਰਟੀ ਦਾ ਨੁਕਸਾਨ ਕੀਤਾ। ਕੀ ਲੱਗਦਾ ਪਿਛਲੀਆਂ ਲੋਕ ਸਭਾ ਚੋਣਾਂ ਦੀ ਜੇ ਗੱਲ ਕਰੀਏ, ਉੱਥੇ ਵੀ ਇਹ ਫੈਕਟਰ ਕੰਮ ਕਰ ਰਿਹਾ ਸੀਗਾ? ਤੁਸੀਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨਾਲ ਮਿਲ ਜਾਂਦੇ ਸੀ ਇਹ ਦੋਨੇ ਆਗੂ? ਰੱਖੜਾ ਸਾਹਿਬ ਨੇ, ਦੇਖੋ ਚੰਦੂਮਾਜਰਾ ਸਾਹਿਬ 'ਤੇ ਤਾਂ ਪਹਿਲਾਂ ਵੀ ਤੋਹਮਤਾਂ ਲੱਗਦੀਆਂ ਰਹੀਆਂ ਨੇ ਅਤੇ ਰੱਖੜਾ ਸਾਹਿਬ ਨੇ ਐਰੀ ਤਾਂ ਕਮਾਲ ਹੀ ਕਰਤੀ। ਸਾਡੇ ਵੱਲੋਂ ਰੱਖੜਾ ਸਾਹਿਬ ਕੈਂਡੀਡੇਟ ਸੀ, ਸਾਡਾ ਉਦੋਂ ਸਿਰ ਝੁੱਕ ਗਿਆ ਜੋ ਰੱਖੜਾ ਸਾਹਿਬ ਜਵਾਬ ਹੀ ਦੇ ਗਏ ਵੀ ਮੈਂ ਨਹੀਂ, ਮਹਾਰਾਜ ਸਾਹਿਬ ਦੇ ਖਿਲਾਫ਼ ਨਹੀਂ, ਬੀਜੇਪੀ ਦੇ ਕੈਂਡੀਡੇਟ ਦੇ ਖਿਲਾਫ਼ ਚੋਣ ਨਹੀਂ ਲੜ ਸਕਦਾ, ਕਿਉਂਕਿ ਇਹਨਾਂ ਦਾ ਸਿੱਧਾ ਰਾਬਤਾ ਮੋਦੀ ਜੀ ਦਾ ਅਤੇ ਅਮਿਤ ਸ਼ਾਹ ਜੀ ਨਾਲ ਬਣਿਆ ਹੋਇਆ, ਸਾਰੇ ਜੱਗ ਜ਼ਾਹਿਰ ਅਖਬਾਰਾਂ 'ਚ ਫੋਟੋ ਆਈਆਂ ਨੇ। ਤਾਂ ਇਸ ਕਰਕੇ ਇਹਨਾਂ ਨੇ ਜਿਹੜਾ ਬੀਜੇਪੀ ਦਾ ਗ੍ਰਾਫ ਇੰਨਾ ਉੱਪਰ ਕਿਉਂ ਹੋਣ ਦਾ ਕਾਰਨ ਕੀ ਹੈ? ਕਿਉਂਕਿ ਇਹਨਾਂ ਨੇ ਕੋਈ ਇਹੋ ਜਿਹਾ ਬ੍ਰਹਮਸਤਰ ਚਲਾਇਆ ਨਹੀਂ, ਕਿਸਾਨ ਇਹਨਾਂ ਦੇ ਖਿਲਾਫ਼ ਹੈ, ਮਜ਼ਦੂਰ ਇਹਨਾਂ ਦੇ ਖਿਲਾਫ਼ ਹੈ, ਠੀਕ ਹੈ, ਇਹਨਾਂ ਵੋਟਾਂ ਲੈ ਕੇ ਇਹਨਾਂ ਨੇ ਪਰਸਨਲ ਵੋਟਾਂ ਪਾਈਆਂ ਆਪਣੀਆਂ, ਬੀਜੇਪੀ ਨੂੰ ਪਰਸਨਲ ਵੋਟਾਂ ਪਾ ਕੇ ਉਹਦਾ ਗ੍ਰਾਫ ਉੱਚਾ ਕੀਤਾ। ਅਤੇ ਜੇ ਹੁਣ ਗੱਲ ਕਰੀਏ ਮਲੂਕਾ ਸਾਹਿਬ ਦੀ, ਉਹ ਪੰਥਕ ਲੀਡਰ ਨੇ, ਉਹਨਾਂ ਦੀ ਨੂੰਹ ਤਾਂ ਬੀਜੇਪੀ 'ਚ ਹੈ। ਅਤੇ ਜੇ ਢੀਂਡਸਾ ਸਾਹਿਬ ਦੀ ਗੱਲ ਕਰੀਏ, ਢੀਂਡਸਾ ਸਾਹਿਬ ਆਪ ਬੀਜੇਪੀ ਨਾਲ ਰਿਲਾਇੰਸ ਕੀਤਾ, ਉਹਨਾਂ ਨੇ ਸਾਰਿਆਂ ਨੂੰ ਜੱਗ ਜ਼ਾਹਿਰ ਹੈ। ਟੋੜਾ ਸਾਹਿਬ ਦੇ ਪਰਿਵਾਰ ਨੇ, ਉਹਨਾਂ ਦਾ ਬੇਟਾ ਬੀਜੇਪੀ ਦਾ ਪ੍ਰਧਾਨ ਆ, ਰੱਖੜਾ ਸਾਹਿਬ ਮੀਟਿੰਗਾਂ ਕਰ ਰਹੇ ਨੇ, ਅਤੇ ਹੁਣ ਇਹਨਾਂ ਦੇ ਹੱਥ ਅਸੀਂ ਆਪਣੀ ਪੰਥ ਦੀ ਕਮਾਂਡ ਦੇ ਦਈਏ, ਇਹਨਾਂ ਨੂੰ ਪੰਥ ਸੌਂਪ ਦਈਏ, ਇਹਨਾਂ ਨੂੰ ਅਕਾਲੀ ਦਲ ਸੌਂਪ ਦਈਏ, ਜਾਂ ਉਹ ਤਾਂ ਜਮ੍ਹਾਂ ਹੀ ਖਾਤਮਾ ਕਰ ਦੇਣਗੇ। ਮਿੰਟਾ ਜੀ, ਪਾਰਟੀ ਦੇ ਵਿੱਚ ਇਸ ਤਰ੍ਹਾਂ ਦਾ ਸਾਰਾ ਕੁਝ ਚੱਲ ਰਿਹਾ ਕਿ ਦੋ ਧੜੇ ਬਣ ਗਏ ਨੇ? ਕੋਈ ਧੜਾ ਨਹੀਂ, ਤੁਸੀਂ ਧੜਾ ਨਹੀਂ ਹੈਗਾ, ਠੀਕ ਹੈ, ਪਰ ਤੁਸੀਂ ਜਿਹੜੇ ਲੱਡੂ ਵੰਡ ਰਹੇ ਹੋ ਅੱਜ, ਇਹ ਖੁਸ਼ੀ ਕਾਹਦੀ ਆ? ਇਹ ਖੁਸ਼ੀ ਇਹ ਹੈ ਵੀ ਇਹ ਦੋ ਜਿਹੜੇ ਲੀਡਰ ਆ ਇਹਨਾਂ ਤੋਂ ਨਜਾਕਤ ਮਿਲੀ ਹੈ, ਇਹਨਾਂ ਦਾ ਗੱਢ ਟੁੱਟਿਆ, ਇਹਨਾਂ ਦੀ ਜਿਹੜੀ ਪਕੜ ਸੀ ਉਹ ਬਿੱਲੀ ਉਹ ਥੈਲੇ ਬਾਹਰ ਆ ਗਈ ਹੈ, ਕਿਉਂਕਿ ਆਪ ਜੱਗ ਜ਼ਾਹਿਰ ਹੋ ਗਿਆ ਵੀ ਇਹ ਸਾਹਮਣੇ ਸੀ। ਮੈਨੂੰ ਇਹਨਾਂ ਦੇ ਜਿਹੜਾ ਇਹਨਾਂ ਨੇ ਇਹ ਪਾਰਟੀ ਤੋਂ ਲਾਂਭੇ ਹੋਏ ਨੇ, ਆਮ ਵਰਕਰ ਦਾ, ਗਰਾਸ ਰੂਟ 'ਤੇ ਵਰਕਰ ਜਿਹੜੇ ਨੇ ਹੈਗੇ ਨੇ, ਉਹਨਾਂ ਨੂੰ ਮੌਕਾ ਮਿਲੇਗਾ ਅੱਗੇ ਆਉਣ ਦਾ, ਨਹੀਂ ਇਹਨਾਂ ਦਾ, ਇਹਨਾਂ ਦੇ ਪਰਿਵਾਰ ਦਾ, ਇਹਨਾਂ ਦਾ ਸਾਥੀਆਂ ਦਾ ਹੀ ਕਬਜ਼ਾ ਸੀਗਾ, ਇਸ ਕਰਕੇ ਲੱਡੂ ਵੰਡੇ ਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਸਾਡੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗੀ ਇਹਨਾਂ ਤੋਂ ਬਿਨਾਂ। ਬਾਦਲ ਸਾਹਿਬ ਨੂੰ ਬੁਲਾਵਾਂਗੇ, ਇੱਥੇ ਇਕੱਠ ਕਰਾਂਗੇ, ਦਿਖਾਵਾਂਗੇ
ਵੀ ਇਹਨਾਂ ਤੋਂ ਬਿਨਾਂ ਤੁਹਾਨੂੰ ਲੋਕ ਕਿੰਨਾ ਚਾਹੁੰਦੇ ਆ, ਕਿਉਂਕਿ ਇਹ ਅੱਗੇ ਆਉਣ ਹੀ ਨਹੀਂ ਦਿੰਦੇ ਸੀ ਕਿਸੇ ਨੂੰ, ਉੱਥੇ ਤੱਕ ਪਹੁੰਚਣ ਹੀ ਨਹੀਂ ਦਿੰਦੇ ਸੀ। ਇਹ ਗੱਲ ਹੈ।